ਫਤਿਹ ਨਿਊਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ। ਮੈਂ ਹਰਵਿੰਦਰ ਸਿੰਘ ਭੁੰਗਨੀ, ਤੁਸੀਂ ਦੇਖ ਰਹੇ ਹੋ ਫਤਿਹ ਨਿਊਜ਼ ਚੈਨਲ। ਇਸ ਵਕਤ ਸਾਡੀ ਟੀਮ ਪਹੁੰਚੀ ਹੈ ਪਿੰਡ ਕੋਟਪਤੂਈ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ, ਜਿੱਥੇ ਕਿ ਡੇਰਾ ਸ਼ਿਵਜੀ ਮਹਾਰਾਜ ਜੀ ਦੇ ਅਸਥਾਨ 'ਤੇ ਸਮੂਹ ਲੱਗਣ ਵਾਸੀ ਇਲਾਕੇ ਦੇ ਸਹਿਯੋਗ ਨਾਲ ਮਹਾਂ ਤਪਸਵੀ ਬ੍ਰਹਮ ਗਿਆਨੀ 108 ਸੰਤ ਬਾਬਾ ਸ਼ਿਵਜੀ ਮਹਾਰਾਜ ਜੀ ਦੀ ਸਾਲਾਨਾ ਬਰਸੀ, ਸੰਤ ਬਾਬਾ ਕਸ਼ਮੀਰ ਸਿੰਘ ਜੀ ਕੋਟਪਤੂਈ, ਸੰਤ ਬਾਬਾ ਜਗਤਾਰ ਸਿੰਘ ਕੋਟਪਤੂਈ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਦੇ ਭੋਗ ਪਾਏ ਗਏ, ਉਪਰੰਤ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਏ ਗਏ। ਇਸ ਮੌਕੇ ਡਾਕਟਰ ਪਰਮਿੰਦਰ ਸੂਦ SER ਹੋਸਪਿਟਲ ਕੋਟਪਤੂਈ ਨੇ ਪੁੱਜ ਕੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਆਓ ਤੁਹਾਨੂੰ ਅਸੀਂ ਇਸ ਗੁਰਮਤਿ ਸਮਾਗਮ ਦੀਆਂ ਕੁਛ ਵਿਸ਼ੇਸ਼ ਤਸਵੀਰਾਂ ਦਿਖਾਉਂਦੇ ਹਾਂ। ਰੇਣ ਪਿਆਰ ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰ ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਕੀ ਰੇਣ ਪਿਆਰ ਹਮ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਪਰਮਿੰਦਰ ਸੂਦ SGR ਹੋਸਪਿਟਲ ਕੋਟਪਤੂਈ ਤੋਂ। ਅੱਜ ਸਾਨੂੰ ਸ਼ਿਵਜੀ ਸੰਤ ਮਹਾਰਾਜ 108 ਸੰਤ ਬਾਬਾ ਸ਼ਿਵਜੀ ਮਹਾਰਾਜ ਕੋਟਪਤੂਈ ਵਿਖੇ ਜਾ ਕੇ ਉੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਅੱਜ ਜੋ ਕਿ ਉਹਨਾਂ ਦੀ ਸਾਲਾਨਾ ਬਰਸੀ ਬੜੇ ਹੀ ਧੂਮਧਾਮ ਦੇ ਨਾਲ ਮਨਾਈ ਗਈ। ਦੂਰੋਂ ਨੇੜਿਓਂ ਸੰਗਤ ਆ ਕੇ ਉੱਥੇ ਨਤਮਸਤਕ ਹੋਈ ਅਤੇ ਮੇਰੇ ਵੱਲੋਂ ਅਤੇ SGR ਦੀ ਪੂਰੀ ਟੀਮ ਵੱਲੋਂ ਇਸ ਬਰਸੀ ਦੇ ਸਮਾਗਮ 'ਤੇ ਸ਼ਿਵਜੀ ਮਹਾਰਾਜ 108 ਸੰਤ ਬਾਬਾ ਸ਼ਿਵਜੀ ਮਹਾਰਾਜ ਕੋਟਪਤੂਈ ਵਾਲਿਆਂ ਨੂੰ ਸਾਡੇ ਵੱਲੋਂ ਕੋਟੀ ਕੋਟੀ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।